ਇੱਕ ਡਾਕਟਰ ਦੀ ਲਾਪਰਵਾਹੀ ਦੇ ਨਾਲ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ ਤੇ ਹੁਣ ਉਸ ਡਾਕਟਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਤੇ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ। ਤਾਂ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਇੱਕ ਸ਼ਖਸ ਦੇ ਵੱਲੋਂ ਆਪਣੀ ਪਤਨੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਇਸ ਦੌਰਾਨ ਉਸ ਦੀ ਪਤਨੀ ਦੀ ਅਗਲੇ ਦਿਨ ਹੀ ਮੌਤ ਹੋ ਜਾਂਦੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਇੱਕ ਮੈਡੀਕਲ ਬੋਰਡ ਬਣਾਇਆ ਜਾਂਦਾ ਤੇ ਮੈਡੀਕਲ ਬੋਰਡ ਦੇ ਵੱਲੋਂ ਜਦੋਂ ਜਾਂਚ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਡਾਕਟਰ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ। ਤਾਂ 5.5 ਸਾਲ ਬਾਅਦ ਇਸ ਸ਼ਖਸ ਨੂੰ ਇਨਸਾਫ ਮਿਲਿਆ ਉਸਦਾ ਕਹਿਣਾ ਤੇ ਮਾਮਲਾ ਤੁਹਾਨੂੰ ਦੱਸ ਦਈਏ ਕਿ 2018 ਦਾ ਦੱਸਿਆ ਜਾ ਰਿਹਾ ਜਦੋਂ ਇੱਕ ਸ਼ਖਸ ਦੇ ਵੱਲੋਂ 1 ਅਕਤੂਬਰ 2018 ਨੂੰ ਆਪਣੀ ਪਤਨੀ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤੇ 2 ਤਰੀਕ ਨੂੰ ਉਸਦੀ ਮੌਤ ਹੋ ਜਾਂਦੀ ਹੈ ਤੇ ਉਸ ਵਿਅਕਤੀ ਦੇ ਵੱਲੋਂ ਜਦੋਂ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਸਦੀ ਸ਼ਿਕਾਇਤ ਦੇ ਆਧਾਰ 'ਤੇ ਇੱਕ ਮੈਡੀਕਲ ਬੋਰਡ ਬਣਾਇਆ ਜਾਂਦਾ ਹੈ। ਮੈਡੀਕਲ ਬੋਰਡ ਦੇ ਵਿੱਚ ਜਦੋਂ ਜਾਂਚ ਹੁੰਦੀ ਹੈ ਤਾਂ ਉਸ ਡਾਕਟਰ ਦੀ ਵੱਡੀ ਲਾਪਰਵਾਹੀ ਸਾਹਮਣੇ ਆਉਂਦੀ ਹੈ। ਫਿਲਹਾਲ ਹੁਣ ਉਸ ਡਾਕਟਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੇ ਉਸਦਾ ਲਾਇਸੈਂਸ ਰੱਦ ਕਰ ਦਿੱਤਾ ਹੈ ਤੇ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ, ਪਰ ਇੱਥੇ ਡਾਕਟਰ ਦੀ ਹੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਸ ਦੀ ਕੀਮਤ ਇੱਕ ਔਰਤ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਹੈ। ਫਿਲਹਾਲ ਹੁਣ ਉਸ ਸ਼ਖਸ ਦਾ ਕਹਿਣਾ ਹੈ ਕਿ ਉਸਨੂੰ 5.5 ਸਾਲਾਂ ਬਾਅਦ ਇਨਸਾਫ ਮਿਲਿਆ ਤੇ ਉਸ ਡਾਕਟਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਸਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ। ਹਾਂਜੀ ਸਰ, ਆਪਣਾ ਨਾਮ ਦੱਸ ਦਿਓ, ਕੀ ਮਸਲਾ ਵਾ, ਸਾਰਾ ਕੇਸ ਆ ਕਿ ਸਾਰਾ ਦਾ? ਮੇਰਾ ਨਾਮ ਗੋਕੁਲ ਚੰਦ ਅਨੇਜਾ ਜੀ, ਮੇਰੀ ਵਾਈਫ ਐਡਵੋਕੇਟ ਸੁਨੀਤਾ ਨੇਜਾ, ਜਿਨ੍ਹਾਂ ਦੀ ਏਜ ਸਿਰਫ 46 ਈਅਰ ਸੀ। 1 ਅਕਤੂਬਰ 2018 ਨੂੰ ਐਡਮਿਟ ਕੀਤਾ ਸੀ ਯੂਟਰਸ ਦੇ ਓਪਰੇਸ਼ਨ ਵਾਸਤੇ ਡਾਕਟਰ ਪ੍ਰਵੀਨ ਦੇਵਗਨ ਅਤੇ ਡਾਕਟਰ ਸੀਤਾ ਸ਼ਰਮਾ ਐਲਟੈਕ ਹਸਪਤਾਲ 'ਚ, ਅਤੇ ਉੱਥੇ ਡਾਕਟਰ ਦੀ ਨੈਗਲੀਜੈਂਸ ਨਾਲ ਨੈਕਸਟ ਡੇ ਡੈਥ ਹੋ ਗਈ। ਨੈਗਲੀਜੈਂਸ ਦੇ ਵਾਸਤੇ ਜਦੋਂ ਕੰਪਲੇਂਟ ਕੀਤੀ ਤਾਂ ਮੈਡੀਕਲ ਬੋਰਡ ਬਣਿਆ 7 ਡਾਕਟਰਾਂ ਦਾ, ਸਿਵਲ ਸਰਜਨ ਨੇ ਬੋਰਡ ਬਣਾਇਆ। ਬੋਰਡ ਨੇ ਵੀ ਇਹਦੇ ਖਿਲਾਫ ਸਾਰੀ ਰਿਪੋਰਟ ਦਿੱਤੀ, ਉਹਦੇ 'ਚ ਬੜਾ ਕੁਛ ਟੈਂਪਰਿੰਗ, ਇੱਕ ਇਹਦੇ 'ਚ ਜਿਹੜਾ ਟ੍ਰੀਟਮੈਂਟ ਉੱਥੇ ਨਾ ਕੋਈ ਡਾਕਟਰ ਹੈ, ਨਾ ਆਈ ਸੀ ਯੂ ਹੈ, ਨਾ ਉੱਥੇ ਕੋਈ ਕੁਛ ਵੀ ਅਰੇਂਜਮੈਂਟ ਨਹੀਂ ਹੈਗਾ। ਸਾਰੀ ਰਾਤ ਉੱਥੇ ਪੇਸ਼ੈਂਟ BMS ਡਾਕਟਰ ਦੇ ਭਰੋਸੇ ਹੀ ਬੈਠਾ ਰਿਹਾ, ਅਤੇ ਇਹਨਾਂ ਦੀ ਲਾਪਰਵਾਹੀ ਕਰਕੇ ਮੈਡੀਕਲ ਬੋਰਡ ਨੇ ਵੀ ਇਹਨੂੰ ਸਾਬਤ ਕਰਤਾ ਕਿ ਇਹਦੇ 'ਚ ਨੈਗਲੀਜੈਂਸ ਹੈਗੀ ਹੈ, ਡਾਕਟਰ ਦੀ ਲਾਪਰਵਾਹੀ ਕਰਕੇ ਡੈਥ ਹੋਈ ਹੈ। ਫਿਰ ਇਸ ਤੋਂ ਬਾਅਦ ਜੀ ਇੱਕ ਹੋਰ ਇਹਦੀ ਜਿਹੜੀ ਫੋਰਜਰੀ ਸਾਹਮਣੇ ਆਈ, ਇਹਨੇ ਇੱਕ ਸਰਟੀਫਿਕੇਟ ਵਿੱਚ ਲਾਇਆ ਸੀ ਹਾਈ ਰਿਸਕ ਕੰਸਰਨਡ ਸਰਜਰੀ ਫਾਰਮ, ਉਹਦੇ 'ਤੇ ਇਹਨੇ ਮੇਰੇ ਫਰਜ਼ੀ ਸਾਈਨ ਕੀਤੇ ਸੀ, ਜਦੋਂ ਕਿ ਮੈਨੂੰ ਇਹ ਕਿਹਾ ਸੀ ਇਹਦੇ 'ਚ ਰਿਸਕ ਕੋਈ ਨਹੀਂ ਹੈਗਾ। ਅਤੇ ਬਾਅਦ 'ਚ ਫਿਰ ਜਦੋਂ ਪੁਲਿਸ ਨੇ ਇਹਦੀ ਇਨਕੁਆਇਰੀ ਕੀਤੀ ਫੋਰਜਰੀ ਦੀ, ਤਾਂ FSL ਮੋਹਾਲੀ 'ਚ ਫਿਰ ਇਹਦੀ ਰਿਪੋਰਟ ਵਾਸਤੇ ਸਾਰੀ ਇਨਵੈਸਟੀਗੇਸ਼ਨ ਹੋਈ। ਉਹਦੀ ਫਿਰ 2021 'ਚ ਮਾਰਚ 'ਚ ਰਿਪੋਰਟ ਆਈ, ਉੱਥੋਂ ਸਾਬਤ ਹੋ ਗਿਆ ਕਿ ਇਹ ਸਾਈਨ ਫਰਜ਼ੀ ਕੀਤੇ ਗਏ ਹੈ। ਤਾਂ ਫਿਰ ਪੁਲਿਸ ਨੇ ਐਲਟੈਕ ਹਸਪਤਾਲ ਦੇ ਖਿਲਾਫ਼ FIR ਨੰਬਰ 77 7 ਮਾਰਚ 2021 ਨੂੰ ਅੰਡਰ ਸੈਕਸ਼ਨ 420 465 468 471 ਦਰਜ ਕਰਤੀ। FIR ਕਰਨ ਤੋਂ ਬਾਅਦ ਫਿਰ ਜੀ ਉਹ ਇਨਵੈਸਟੀਗੇਸ਼ਨ ਕਰਦੇ ਰਹੇ, ਅਤੇ ਅੱਜ ਹੁਣ ਜਿਹੜੇ 5.5 ਸਾਲ ਬਾਅਦ ਕਰੀਬ ਹੁਣ ਉਸ ਪਰਚੇ 'ਚ ਮੈਮ ਦਰਪਨ IPS ਮੈਮ ਡਾਕਟਰ, ਉਹਨਾਂ ਨੇ ਇਨਕੁਆਇਰੀ ਕਰਕੇ ਅਤੇ ਸਾਨੂੰ ਅੱਜ ਜਸਟਿਸ ਦਿਲਵਾਇਆ, ਅਤੇ ਸਾਨੂੰ ਪਤਾ ਲੱਗਿਆ ਕਿ ਪ੍ਰਵੀਨ ਦੇਵਗਨ ਨੂੰ ਅਰੈਸਟ ਕੀਤਾ। ਲੇਕਿਨ ਅਜੇ ਇਹਦੇ 'ਚ ਬੜੀ ਹੋਰ ਇਨਕੁਆਇਰੀ ਕਰਨ ਦੀ ਲੋੜ ਹੈ, ਕਿਉਂਕਿ 304 ਸੈਕਸ਼ਨ ਵੀ ਐਡ ਕਰਨਾ, ਪੰਜਾਬ ਮੈਡੀਕਲ ਕੌਂਸਲ ਨੇ ਇਹਦਾ ਲਾਇਸੈਂਸ ਹੀ ਸਸਪੈਂਡ ਕਰਤਾ, ਉਹਨੇ ਕਹਿ ਤਾ ਕਿ ਇਹਨੂੰ ਸਰਜਰੀ ਕਰਨੀ ਹੀ ਨਹੀਂ ਆਉਂਦੀ, ਉਹਨੂੰ ਪ੍ਰੈਕਟਿਸ ਤੋਂ ਡਿਬਾਰ ਹੀ ਕਰਤਾ। ਤਾਂ ਨੈਗਲੀਜੈਂਸ ਤਾਂ ਆਲਰੇਡੀ ਪ੍ਰੂਵ ਹੋ ਚੁੱਕੀ ਹੈ, ਉਹਨਾਂ ਦੇ 'ਚ ਜਿਹੜੇ ਸੈਕਸ਼ਨ ਦਾ ਉਹ ਵੀ ਵਾਧਾ ਸਾਨੂੰ ਅਸ਼ੋਰ ਕੀਤਾ ਪੁਲਿਸ ਅਫਸਰਾਂ ਨੇ, ਸਾਰਿਆਂ ਨੇ, ਵੱਡਿਆਂ ਨੇ ਵੀ ਸਾਰਿਆਂ ਨੇ, ਅਤੇ ਜਿਹੜੇ SHO ਨੀਰਜ ਚੌਧਰੀ ਹੈ ਉਹਨਾਂ ਨੇ ਵੀ ਸ਼ੋਰ ਕੀਤਾ, ਅਤੇ ਜਿਹੜੇ ਮੈਡਮ ਸਪੈਸ਼ਲੀ ਪ੍ਰਗਿਆ ਜੈਨ ਮੈਮ, IPS ਦਰਪਨ ਮੈਮ,
ਇਹਨਾਂ ਦੇ ਪੂਰੇ ਸਹੀ ਇੰਕੁਆਇਰੀ ਕਰਨ ਨਾਲ ਇਹਨਾਂ ਨੇ ਅੱਜ ਜਿਹੜੀ ਅਰੈਸਟ ਪਈ ਹੈ। ਅਤੇ ਸਾਨੂੰ ਅੱਗੇ ਉਮੀਦ ਹੈ ਕਿ ਜਿਹੜੇ ਜਿਹੜਾ ਵੀ ਅੱਗੇ ਰਹਿੰਦਾ 304 ਸੈਕਸ਼ਨ ਐਡ ਹੋਣਾ 120B ਹੋਣੀ ਹੈ ਜੋ ਜੋ ਹੋਣਾ ਉਹ ਸਾਰਾ ਸਾਨੂੰ ਜਸਟਿਸ ਮਿਲਣ ਦੀ ਪੂਰੀ ਉਮੀਦ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਪੁਲਿਸ ਕੋਪਰੇਟ ਕਰੇਗੀ। ਤੁਹਾਡੀ ਵਾਈਫ ਦਾ ਨਾਮ ਕੀ ਸੀ, ਪੇਸ਼ੇ ਤੋਂ ਕੀ ਸੀ ਉਹ ਅਤੇ ਕਿਹੜੇ ਹੋਸਪਿਟਲ 'ਚ ਉਹਨਾਂ ਦਾ? ਮੇਰੀ ਵਾਈਫ ਦਾ ਨਾਂ ਸੁਨੀਤਾ ਨੇਜਾ ਸੀ, ਉਹ ਪੇਸ਼ੇ ਤੋਂ ਐਡਵੋਕੇਟ ਸੀ। ਉਹਨਾਂ ਦੀ ਉਮਰ ਸਿਰਫ 46 ਸਾਲ ਸੀ, ਆਪੇ ਆਪ ਗੱਡੀ ਚਲਾ ਕੇ ਗਏ, ਕੋਈ ਉਹਨਾਂ ਨੂੰ ਪ੍ਰੋਬਲਮ ਨਹੀਂ ਸੀ। ਅਤੇ ਐਲਟੈਕ ਹਸਪਤਾਲ ਰਣਜੀਤ ਵੱਲੋਂ, ਜਿਹਦਾ ਪ੍ਰੋਪਰੇਟਰ ਅਤੇ ਸਰਜਨ ਡਾਕਟਰ ਪ੍ਰਵੀਨ ਦੇਵਗਨ ਹੈ, ਜਿਹਨੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਮਾਰਿਆ, ਇੱਕ ਨਹੀਂ ਕਈ ਲੋਕਾਂ ਨੂੰ ਮਾਰਿਆ। ਇਹਦੇ ਖਿਲਾਫ਼ ਬੜੀ ਤਕੜੀ ਇਹਦਾ ਜੇ ਢੁੰਗਾਈ ਨਾਲ ਇੰਕੁਆਇਰੀ ਕੀਤੀ ਜਾਏਗੀ ਤਾਂ ਪਤਾ ਨਹੀਂ ਕਿੰਨੀ ਡੈਥ ਸਾਹਮਣੇ ਆ ਸਕਦੀਆਂ ਹੈ। ਕਿੰਨੇ ਕੌਣ ਕਿਸ ਨੂੰ ਪੇਸ਼ ਕੀਤਾ ਜਾ ਰਿਹਾ ਅਤੇ ਕਿੰਨੇ ਲੋਕਾਂ ਨੂੰ ਅਰੈਸਟ ਕੀਤਾ ਗਿਆ? ਇਹਦੇ 'ਚ ਅਜੇ ਜੋ ਮੈਨੂੰ ਪਤਾ ਲੱਗਿਆ ਜੀ, ਡਾਕਟਰ ਪ੍ਰਵੀਨ ਦੇਵਗਨ ਨੂੰ ਅਰੈਸਟ ਕੀਤਾ ਅਤੇ ਉਹਨੂੰ ਅੱਜ ਇੱਥੇ ਪੇਸ਼ ਕਰਨਾ ਹੈ ਸੀਜੀਐਮ ਕੋਰਟ 'ਚ, ਇਹ ਮੈਨੂੰ ਪਤਾ ਲੱਗਿਆ ਜੀ। ਠੀਕ ਸਰ, ਕੀ ਮਾਮਲਾ ਹੈਗਾ ਡਾਕਟਰ ਦਾ ਜਿਹਨੂੰ ਕੀ ਅਰੈਸਟ ਕੀਤਾ ਗਿਆ ਅਤੇ ਕੋਰਟ 'ਚ ਪੇਸ਼ ਕੀਤਾ ਗਿਆ? ਇਹ ਜੀ ਗੋਕੁਲ ਚੰਦ ਨੇਜਾ ਨਾਮ ਦੇ ਸ਼ਖਸ ਵੱਲੋਂ 2018 ਦੇ ਵਿੱਚ ਇੱਕ ਕੰਪਲੇਂਟ ਦਿੱਤੀ ਗਈ ਸੀ, ਜਿਸ ਕੰਪਲੇਂਟ ਦੇ ਤਹਿਤ ਉਹਨਾਂ ਦੇ ਵਾਈਫ ਦਾ 2 ਅਕਤੂਬਰ 2018 ਨੂੰ ਓਪਰੇਸ਼ਨ ਤੋਂ ਬਾਅਦ ਐਲਟੈਕ ਹੋਸਪਿਟਲ ਵਿਖੇ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਹਨਾਂ ਨੇ ਐਲਟੈਕ ਹੋਸਪਿਟਲ ਦੇ ਉਹਨਾਂ ਦੇ ਡਾਕਟਰਸ 'ਤੇ ਕਾਫ਼ੀ ਇਲਜ਼ਾਮ ਲਾਏ ਸਨ, ਜਿਸ ਤੋਂ ਬਾਅਦ ਇਸ ਵਿੱਚ ਸਿਵਲ ਸਰਜਨ ਸਾਹਿਬ ਵੱਲੋਂ ਇੱਕ ਬੋਰਡ ਦਾ ਗਠਨ ਕੀਤਾ ਗਿਆ ਸੀ। ਜਦੋਂ ਉਸ ਬੋਰਡ ਨੇ ਸਾਰੀਆਂ ਇਹਦੇ ਵਿੱਚ ਚੀਜ਼ਾਂ ਨੂੰ ਵਾਚ ਕੀਤਾ ਤਾਂ ਇਹਨਾਂ ਦੇ ਜੋ ਓਪਰੇਸ਼ਨਲ ਪ੍ਰੋਸੀਜਰ ਅਤੇ ਵਿੱਚ ਕਾਫ਼ੀ ਖਾਮੀਆਂ ਪਾਈਆਂ ਗਈਆਂ ਸੀ। ਜੋ ਡਾਕਟਰ ਸੀਗੇ ਉਹ ਉਹਨੀ ਕੁਆਲੀਫਿਕੇਸ਼ਨ ਨਹੀਂ ਸੀ ਜਿੰਨੀ ਮੈਂਡੇਟਰੀ ਹੁੰਦੀ ਹੈ ਕੋਈ ਓਪਰੇਸ਼ਨ ਕਰਨ ਲਈ। ਇਸ ਤੋਂ ਇਲਾਵਾ ਉਹਨਾਂ ਵੱਲੋਂ ਕੁਛ ਡਾਕਟਰਸ ਦੇ ਨਾਮ ਦਿੱਤੇ ਗਏ ਸੀ ਜੋ ਉਸ ਸਮੇਂ ਹਸਪਤਾਲ ਵਿੱਚ ਹਾਜ਼ਰ ਹੀ ਨਹੀਂ ਸਨ, ਇਹਨਾਂ ਵਿੱਚੋਂ ਕੁਛ ਡਾਕਟਰ ਈਵਨ ਬਾਹਰ ਆਸਟ੍ਰੇਲੀਆ ਵਿੱਚ ਵੀ ਸਨ। ਸੋ ਉਸ ਦੇ ਬੇਸਿਸ 'ਤੇ ਅਤੇ ਇੱਕ ਉਹਨਾਂ ਵੱਲੋਂ ਇਲਜ਼ਾਮ ਲਾਏ ਗਏ ਸੀ ਕਿ ਇਹਨਾਂ ਵੱਲੋਂ ਕੁਛ ਡਾਕੂਮੈਂਟਸ ਦੇ ਨਾਲ ਸਾਈਨ ਵਗੈਰਾ ਕਰਕੇ ਜਾਂ ਇਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਡਾਕੂਮੈਂਟਸ 'ਤੇ ਅਤੇ ਅਟੈਂਡੈਂਸ ਲਿਸਟ 'ਤੇ ਫੋਰਜਰੀ ਵੀ ਕੀਤੀ ਗਈ ਹੈ, ਜਿਸ ਦੀ FSL ਵੱਲੋਂ ਰਿਪੋਰਟ ਤਮੀਲ ਹੋਣ ਤੋਂ ਬਾਅਦ ਇਹਨਾਂ ਦੇ ਖਿਲਾਫ਼ 7 ਮਾਰਚ 2021 ਨੂੰ ਐਲਟੈਕ ਹਸਪਤਾਲ ਦੇ ਖਿਲਾਫ਼ ਇੱਕ ਮੁਕੱਦਮਾ ਦਰਜ ਹੋਇਆ ਸੀ, ਅਧੀਨ ਧਾਰਾ 420, 465, 468, 471, ਜਿਸ ਵਿੱਚ ਕੱਲ੍ਹ ਡਾਕਟਰ ਪ੍ਰਵੀਨ ਦੇਵਗਨ ਜੋ ਇਸ ਹੋਸਪਿਟਲ ਦੇ ਓਨਰ ਵੀ ਨੇ ਉਹਨਾਂ ਦੀ ਇਸ ਕੇਸ ਦੇ ਵਿੱਚ ਅਰੈਸਟ ਪਈ ਹੈ ਅਤੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਜੀ। ਕਿੰਨੇ ਡਾਕਟਰਾਂ ਦੇ ਨਾਮ ਦਰਜ ਹੋਇਆ ਜੀ ਇਸ ਕੱਲ੍ਹ ਸੀ? ਇਸ ਕੇਸ ਵਿੱਚ ਜੀ ਹਜੇ ਤੱਕ ਟੋਟਲ 2 ਦੋਸ਼ੀ ਨਾਮਜ਼ਦ ਹੋਏ ਹਨ, ਜਿਸ ਵਿੱਚ ਮੇਨ ਡਾਕਟਰ ਪ੍ਰਵੀਨ ਦੇਵਗਨ ਅਤੇ ਉਹਨਾਂ ਦੇ ਵਾਈਫ ਨਵਰਤਨ ਦੇਵਗਨ। ਇਹਨਾਂ ਦੋਨਾਂ ਦੇ ਡਾਕਟਰ ਨਵਰਤਨ ਦੇਵਗਨ ਵੀ ਇਸ ਮੁਕੱਦਮੇ ਵਿੱਚ ਸ਼ਾਮਲ ਤਫਤੀਸ਼ ਹੋ ਚੁੱਕੇ ਹਨ ਅਤੇ ਡਾਕਟਰ ਪ੍ਰਵੀਨ ਦੇਵਗਨ ਦੀ ਇਹਦੇ ਵਿੱਚ ਕੱਲ੍ਹ ਅਰੈਸਟ ਪਈ ਹੈ ਜੀ। ਸਰ, ਡਾਕਟਰ ਦਾ ਮੈਡੀਕਲ ਲਾਇਸੈਂਸ ਸੀ ਸਰ ਰੱਦ ਕਰ ਦਿੱਤਾ ਗਿਆ ਹੁਣ? ਇਹ ਸਾਨੂੰ ਮਦਈ ਵੱਲੋਂ ਇੱਕ ਪੰਜਾਬ ਮੈਡੀਕਲ ਕਾਊਂਸਲ ਦਾ ਇੱਕ ਚਿੱਠੀ ਭੇਜੀ ਗਈ ਹੈ, ਜਿਸ ਦੇ ਤਹਿਤ ਇਹਨਾਂ ਦਾ ਮੈਡੀਕਲ ਲਾਇਸੈਂਸ ਵੀ ਰੱਦ ਕੀਤਾ ਗਿਆ ਵਾ। ਬਾਕੀ ਹਜੇ ਇਨਵੈਸਟੀਗੇਸ਼ਨ ਦੌਰਾਨ ਇਸ ਚੀਜ਼ ਨੂੰ ਬਚਿਆ ਜਾਊਗਾ ਜੀ।